ਕਿ ਤੁਹਾਡੇ ਦਿਲਾਂ ਦੇ ਰਾਜ ਕਰਨ ਵਾਲੇ ਫਨਕਾਰ ਤੁਹਾਡੀਆਂ ਜ਼ੋਰਦਾਰ ਤਾਲੀ ਦੇ ਵਿੱਚ ਖੂਬਸੂਰਤ ਮਹਾਰਾਜ ਆਵਾਜ਼ ਆ ਰਹੇ ਨੇ ਜਨਾਬ ਬਲਰਾਜ ਪਾਵਨ ਅਤੇ ਪਵਿੱਤਰ ਦਰਬਾਰ ਪੀਰ ਬਾਬਾ ਹਜਰਤ ਵਾਲੀ ਸਰਕਾਰ, ਪੀਰ ਬਾਬਾ ਰਹਿਮਤ ਸ਼ਾਹ ਵਾਲੀ ਸਰਕਾਰ, ਉਹਨਾਂ ਦੇ ਸੋਹਣੇ ਸੁੰਦਰ ਦਰਬਾਰ ਦੇ ਉੱਤੇ ਇਕੱਠੇ ਹੋਏ ਮੇਰੇ ਤਮਾਮ ਬਜ਼ੁਰਗੋ, ਮਤਾਓ, ਭੈਣੋ, ਬੱਚੋ ਅਤੇ ਹਮ ਉਮਰ ਦੋਸਤੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅੱਜ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ ਆ ਜੀ। ਜਿੰਨੇ ਕਦਮ ਚੱਲ ਕੇ ਤੁਸੀਂ ਸਾਰੇ ਅੱਜ ਇੱਥੇ ਪੁੱਜੇ ਹੋ, ਸਭ ਦਾ ਪੁੱਜਣ ਅਤੇ ਸਿਰ ਮੱਥੇ ਦਾਤਾ ਜੀ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸੋ ਇਸ ਦੇ ਦਰਬਾਰ ਦੇ ਹੀ ਗੱਦੀ ਨਸ਼ੀਨ ਸਾਈਂ ਬੀਬੀ ਸੰਦੀਪ ਕੌਰ ਜੀ, ਉਹਨਾਂ ਨੂੰ ਵੀ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ, ਸਾਰੀ ਸੰਗੇੜਾ ਫੈਮਿਲੀ ਨੂੰ ਮੁਬਾਰਕਬਾਦ, ਸਾਡੇ ਬਹੁਤ ਹੀ ਸਤਿਕਾਰਯੋਗ ਜੱਸੀ ਸਾਈਂ ਜੀ, ਉਹ ਵੀ ਤਸ਼ਰੀਫ ਫਰਮਾ ਨੇ। ਸੋ ਵੱਖ ਵੱਖ ਦਰਬਾਰਾਂ ਤੋਂ ਸਾਰੇ ਸਾਈਂ ਲੋਕ ਪੁੱਜੇ ਆ, ਦਰਜਾ ਬਦਰਜਾ ਸਭ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢਿਆ। ਵੱਡੀ ਗੱਲ ਇਹ ਕਿ ਤੁਸੀਂ ਸਾਰੇ ਇੰਨੀ ਗਰਮੀ ਦੇ ਬਾਵਜੂਦ ਵੀ ਬੈਠੇ ਹੋ, ਖੜ੍ਹੇ ਹੋ, ਇਹ ਵੀ ਉਸ ਮਾਲਕ ਦੀ ਮੌਜ ਹੈ। ਉਹਦੀ ਕਿਰਪਾ ਤੋਂ ਬਿਨਾਂ ਤੱਕ ਪਤਾ ਨਹੀਂ ਚੱਲਦਾ, ਅਤੇ ਖੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਅੱਜ ਇਸ ਦਰਬਾਰ 'ਤੇ ਕੱਲ੍ਹ ਰਾਤ ਦਾ ਹੀ ਕਲਾਕਾਰਾਂ ਦਾ ਰਾਗ ਵਰਸ ਰਿਹਾ। ਰਣਜੀਤ ਰਾਣਾ ਜੀ ਨੇ ਹਾਜ਼ਰੀ ਲਵਾਈ ਹੈ, ਜੀ ਖਾਨ ਸਾਹਿਬ ਨੇ ਹਾਜ਼ਰੀ ਲਵਾਈ ਹੈ, ਸੁਮਾਸ਼ਾ ਅਲੀ ਸਾਹਿਬ ਉਹ ਵੀ ਬਿਲਕੁਲ ਤਿਆਰ ਨੇ। ਸੋ ਥੋੜ੍ਹਾ ਜਿਹਾ ਸਮਾਂ ਮੈਂ ਲਵਾਂਗਾ ਅਤੇ ਉਹਨਾਂ ਤੋਂ ਬਾਅਦ ਫਿਰ ਜਿਹੜਾ ਐਂਡ ਦਾ ਕਹਿੰਦੇ ਹੁੰਦੇ ਪਟਕੇ ਦੀ ਕੁਸ਼ਤੀ ਜਿਹੜੀ, ਉਹ ਮਾਸ਼ਾ ਅਲੀ ਸਾਹਿਬ ਉਹ ਮੰਚ 'ਤੇ ਬਿਲਕੁਲ ਤਿਆਰ ਬਰ ਤਿਆਰ ਨੇ, ਉਹਨਾਂ ਨੇ ਹਾਜ਼ਰੀ ਲਵਾਉਣੀ ਆ। ਸੋ ਆਓ ਕੁਝ ਗੱਲਾਂ ਮਾਲਕ ਦੇ ਦਰਦੀਆਂ ਮਾਲਕ ਦੇ ਕਰਦੀਆਂ ਸ਼ੁਰੂਆਤ ਕਰਦੇ। ਇੱਕ ਵਾਰੀ ਦਰਬਾਰ ਲਈ ਤਾੜੀ ਮਾਰ ਦਿਓ, ਬੜੀ ਮਿਹਰਬਾਨੀ ਆ ਜੀ, ਸ਼ੁਕਰੀਆ। ਮੇਰਾ ਮੁਝ ਮੈਂ
ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਓ ਤੇਰਾ ਤੁਝ ਕੋ ਸੌਂਪ ਤੇ ਹੁਣ ਕਿਆ ਲਾਗੈ ਜੀ ਮੇਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਮੇਰਾ ਹੈ ਹੀ ਕੁਝ ਨਹੀਂ ਕਿਉਂਕਿ ਜਿਸ ਮਾਲਕ ਦੀ ਬਦੌਲਤ ਆਪਾਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਬਿਲਗਾ ਨਗਰ ਜਿੱਥੇ ਗੁਰੂਆਂ ਪੀਰਾਂ ਦਾ ਉੱਥੇ ਸਭ ਤੋਂ ਵੱਡੀ ਗੱਲ ਹੈ ਨਗਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ ਹੈ ਸੁਗਦਰੀ ਯੋਧਿਆਂ ਦਾ ਪਿੰਡ ਹੈ ਇਨਕਲਾਬੀਆਂ ਦਾ ਪਿੰਡ ਹੈ ਪੀਰਾਂ ਫਕੀਰਾਂ ਦਾ ਸੂਫੀਆਂ ਦਾ ਬਲੀਆਂ ਦਾ ਉਦਾਸੀਆਂ ਦਾ ਪਿੰਡ ਹੈ ਇੱਕ ਵਾਰੀ ਬਿਲਗੇ ਲਈ ਤਾੜੀਆਂ ਮਾਰ ਦਿਓ ਜ਼ਿੰਦਗੀ ਦੀ ਸੱਚਾਈ ਬਿਆਨ ਕਰਦੇ ਹਾਂ ਜੀ ਹੋ ਬਿਨਾਂ ਆਸ ਤੋਂ ਪੱਲੇ ਨਾ ਕੁਝ ਸਾਡੇ ਸੀ ਉਹ ਖਾਲੀ ਬੋਝਿਆਂ ਦੇ ਵਿੱਚ ਬਸ ਥੱਗੇ ਸੀ ਉਹ ਦੇਖ ਕੇ ਰੱਬ ਨੇ ਸਹਾਰੇ ਮੈਨੂੰ ਸਾਂਭ ਲਿਆ ਬਈ ਗਰਦੇ ਗਰਦੇ ਅੱਜ ਸੈਕਲੋਂ ਜਹਾਜ਼ ਤੱਕ ਪਹੁੰਚ ਗਏ ਆ ਸਾਈਆਂ ਗਰਦੇ ਗਰਦੇ ਬਿਨਾਂ ਆਸ ਤੋਂ ਪੱਲੇ ਨਾ ਕੁਝ ਸਾਡੇ ਸੀ ਖਾਲੀ ਬੋਝਿਆਂ ਦੇ ਵਿੱਚ ਬਸ ਧਾਗੇ ਸੀ ਬਿਨਾਂ ਆਸ ਤੋਂ ਪੱਲੇ ਨਾ ਕੁਝ ਖਾਲੀ ਬੋਝਿਆਂ ਦੇ ਵਿੱਚ ਬਸ ਧਾਗੇ ਸੀ ਦੇਖੇ ਰੱਬ ਨੇ ਸਹਾਰੇ ਮੈਨੂੰ ਸਾਂਭ ਲਿਆ ਬਈ ਕਰਦੇ ਕਰਦੇ ਹੋਏ ਅੱਜ ਸੈਕਲੋਂ ਜਹਾਜ਼ ਤੱਕ ਪਹੁੰਚ ਗਏ ਹਾਲਾਤ ਨਾ ਹਾਲਤਾਂ
ਆ ਗਰੀਬੀਆਂ ਮੈਨੂੰ ਭੁੱਲਣੇ ਹਾਲਾਤ ਨਾ ਹਾਰਨਾ ਕੱਛ ਭਰ ਕੇ ਜਵਾਨੀ ਪੂਰੀ ਕੱਛ ਭਰ ਕੇ ਜਵਾਨੀ ਪੂਰੀ ਕੱਛ ਭਰ ਕੇ ਜਵਾਨੀ ਪੂਰੀ ਕੱਟ ਲਈ ਦੁਖੀ ਹਰਦੇ ਹਰਦੇ ਅੱਜ ਸਾਈਕਲੋਂ ਜਹਾਜ਼ ਤੱਕ ਪਹੁੰਚ ਗਿਆ ਹੋਏ ਸਾਈਕਲੋਂ ਜਹਾਜ਼ ਤੱਕ ਪਹੁੰਚ ਗਿਆ ਸਿਰਫ ਯਕੀਨ ਦੀ ਹੁੰਦੀ ਹੈ ਜਦੋਂ ਬੰਦਾ ਯਕੀਨ ਕਰ ਲਵੇ ਤੇ ਰੱਬ ਹੈ ਜੇ ਯਕੀਨ ਹੀ ਹੈ ਨਹੀਂ ਫਿਰ ਰੱਬ ਵੀ ਹੈ ਨਹੀਂ ਜਿਹੜੇ ਇਹਨਾਂ ਦਰਬਾਰਾਂ ਨੂੰ ਮੰਨਦੇ ਆ ਜਾਂ ਉਸ ਮਾਲਕ ਨੂੰ ਮੰਨਦੇ ਆ ਇੱਕ ਵਾਰੀ ਹੱਥ ਖੜੇ ਕਰਕੇ ਤਾੜੀਆਂ ਮਾਰ ਦਿਓ ਪਤਾ ਲੱਗੇ ਕਿ ਰੱਬ 'ਚ ਤੁਹਾਡਾ ਯਕੀਨ ਹੈ ਰੱਬ ਹੈ ਤੇ ਸਭ ਨੂੰ ਪਤਾ ਰੱਬ ਦਾ ਅਹਿਸਾਸ ਇਹ ਜਿਹੜੇ ਦਰਬਾਰ ਬਣੇ ਆ ਰੱਬ ਦੀ ਹੋਂਦ ਦਾ ਅਹਿਸਾਸ ਦਿਲਾਉਂਦੇ ਨੇ ਨਹੀਂ ਬੰਦਾ ਸਿਰ ਕਿਤੇ ਝੁਕਾਉਂਦਾ ਨਹੀਂ ਜੇ ਕਿਤੇ ਗੱਲ ਹੋਵੇ ਤੇ ਸਿਰ ਚੁੱਕਦਾ ਨਹੀਂ ਸਿਰ ਨਹੀਂ ਚੁੱਕਦਾ ਕਈ ਵਾਰੀ ਬੰਦਾ ਹਤਾਸ਼ ਵਿੱਚ ਆ ਜਾਂਦਾ ਨਹੀਂ ਯਾਰ ਚਾਰ ਵੀਰਵਾਰ ਹੋ ਗਿਆ ਪੰਜ ਵੀਰਵਾਰ ਹੋ ਗਿਆ ਪਰ ਗੱਲ ਨਹੀਂ ਬਣੀ ਗੱਲ ਚਾਰ ਵੀਰਵਾਰ ਦੀ ਨਹੀਂ ਹੈ ਗੱਲ ਪੰਜ ਵੀਰਵਾਰ ਦੀ ਨਹੀਂ ਹੈ ਗੱਲ ਤੇ ਆਸਥਾ ਦੀ ਹੈ ਸਾਈ ਜੇ ਆਸਥਾ ਹੀ ਹੈ ਨਹੀਂ ਫਿਰ ਚਾਹੇ ਵੀਹ ਵੀਰਵਾਰ ਆ ਜਾਓ ਪਰ ਗੱਲ ਨਹੀਂ ਬਣਨੀ ਜੇ ਆਸਥਾ ਯਕੀਨ ਹੈ ਫਿਰ ਘਰ ਬੈਠੇ ਵੀ ਅਰਦਾਸ ਕਰ ਦਿਓ ਮਾਲਕ ਸੁਣ ਲੈਂਦਾ ਉਹ ਗੱਲ ਸੁਣ ਲਈ ਕੀ ਕਰਨਾ ਪੈਂਦਾ ਜਰਾ ਤਵੱਜੋ ਦੇਣਾ ਥੋੜ੍ਹੀ ਜੀ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਇੱਕ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਉਹ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ
ਲੋਕੀ ਤੱਕਦੇ ਐਬ ਗੁਨਾ ਮੇਰੇ, ਮੈਂ ਤਾਂ ਤੱਕਦਾ ਰਹਿੰਦਾ ਤੇਰੀਆਂ। ਫਿਰ ਗੱਲ ਬਣਾਉਣ ਲਈ ਕੀ ਕਰਨਾ ਪੈਂਦਾ? ਬਾਰੀਆਂ ਵੀ ਆਉਣਗੀਆਂ, ਲੱਗਾ ਰਹਿ ਕਤਾਰ ਵਿੱਚ, ਫੈਸਲਾ ਵੀ ਹੋਊ ਤੇਰਾ ਉਹਦੇ ਦਰਬਾਰ ਵਿੱਚ, ਉਹਦੀ ਮਾਰੀ ਹਾਕ ਦੀ ਸਜਣਾ, ਬੜਿਆਂ ਨੂੰ ਸੁਣਦੀ ਏ ਹਾਕ ਤੇ ਉਹ ਸਭ ਦੀ ਸੁਣਦਾ, ਉਹ ਪਰ ਮਰਜ਼ੀ ਨਾ ਦਿੰਦਾ ਏ ਜਵਾਬ। ਮਾਲਕ ਦੀ ਬੜੀ ਨਿਰਾਲੀ ਹੈ। ਕਈ ਵਾਰੀ ਲੋਕ ਕਹਿੰਦੇ ਆ ਕਿ ਰੱਬ ਦਿਸਦਾ ਨਹੀਂ ਹੈ, ਰੱਬ ਹੈ ਕਿੱਥੇ ਹੈ? ਜਿਸ ਮਾਲਕ ਨੇ ਸਾਰੀ ਕਾਇਨਾਤ ਬਣਾਈ ਹੈ ਉਹ ਤੇ ਰੋਮ ਰੋਮ ਵਿੱਚ ਵੱਸਦਾ, ਕਣ ਕਣ ਵਿੱਚ ਵੱਸਦਾ, ਜ਼ਰੇ ਜ਼ਰੇ ਵਿੱਚ ਵੱਸਦਾ। ਉਹ ਮਾਲਕ ਰੋਮ ਰੋਮ ਵਿੱਚ ਵੱਸਦਾ, ਕਣ ਕਣ ਵਿੱਚ ਵੱਸਦਾ, ਜ਼ਰੇ ਜ਼ਰੇ ਵਿੱਚ ਵੱਸਦਾ, ਜਿਸ ਮਾਲਕ ਨੇ ਸਾਰੀ ਕਾਇਨਾਤ ਬਣਾਈ। ਲੈ ਬਈ ਕਾਕੂ ਮਾਰੋ ਜਰਾ ਤਾੜੀਆਂ, ਕਾਕੂ ਨੇ ਵੀ ਖੁੱਲ ਕੇ ਬਹੁਤ ਸਾਰਾ ਪਿਆਰ। ਇਹ ਭਗਤ ਬੰਦਾ ਲੁਕਣ ਮਟਾਈਆਂ ਉਹਦੀ ਖੇਡ ਮਸ਼ਹੂਰ ਆ, ਦਿਸਦਾ ਨੀ ਪਰ ਹਰ ਜਗ੍ਹਾ ਵੀ ਜ਼ਰੂਰ ਆ,
ਓ ਨੱਚਦੀ ਦੁਨੀਆ ਹਾਰੇ ਕਿਹੜੇ ਓ ਨੱਚਦੀ ਦੁਨੀਆ ਹਾਰੇ ਕਿਹੜੇ ਸੁਰ ਤਾਂ ਵਜਾਉਂਦਾ ਹੈਗਾ ਸਾਜ ਤੇ ਓ ਸਭ ਦੀ ਸੁਣਦਾ ਖੇਡ ਮਸ਼ਹੂਰ ਆ ਦਿਸਦਾ ਨਹੀਂ ਪਰ ਹਰ ਜਗ੍ਹਾ ਵੀ ਜ਼ਰੂਰ ਆ ਲੁਕਣ ਮਟਾਈਆਂ ਓਏ ਦਿਸਦਾ ਨਹੀਂ ਪਰ ਹਰ ਓ ਨੱਚਦੀ ਦੁਨੀਆ ਖਾਰੇ ਕਿਹੜੇ ਓ ਨੱਚਦੀ ਦੁਨੀਆ ਖਾਰੇ ਕਿਹੜੇ ਸੁਰ ਤੋਂ ਵਜਾਉਂਦਾ ਹੈਗਾ ਸਾਜ ਤੇ ਓ ਸਭ ਦੀ ਸੁਣਦਾ ਅਮਰ ਬੰਦੀ ਨੱਚਦਾ ਜਵਾਬ ਓ ਸਭ ਦੀ ਸੁਣਦਾ ਬਹੁਤ ਸਾਰਾ ਪਿਆਰ ਸਾਈਂ ਜੀ ਹੁਣਾਂ ਵੱਲੋਂ ਆਇਆ ਸਾਰਿਆਂ ਵੱਲੋਂ ਆਇਆ ਜੀ ਦਰਜਾ ਬਦਰਜਾ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੋ ਇੱਕ ਤੋਂ ਹੋਰ ਹਾਜ਼ਰੀਆਂ ਲਾਵਾਂਗੇ ਉਸ ਤੋਂ ਬਾਅਦ ਸੋ ਮਾਸ਼ਾਲੀ ਸਾਹਿਬ ਜਿਹੜੇ ਚੰਡੀਗੜ੍ਹ ਤੋਂ ਸਵੇਰ ਦੇ ਚੱਲੇ ਉਸ ਉਚੇਚੇ ਤੌਰ 'ਤੇ ਸਭ ਤੋਂ ਪਹਿਲਾਂ ਜਦੋਂ ਇਹ ਮੇਲਾ ਸਟਾਰਟ ਹੀ ਹੋਇਆ ਸੀ ਉਦੋਂ ਵੀ ਇਹ ਮੇਲਾ ਮਾਸ਼ਾਲੀ ਸਾਹਿਬ ਨੇ ਲਾਇਆ ਸੀ ਸੋ ਅੱਜ ਫਿਰ ਸਾਈਂ ਜੀ ਵੱਲੋਂ ਹੁਕਮ ਹੋਇਆ ਸੀ ਕਿ ਮਾਸ਼ਾਲੀ ਜੀ ਨੂੰ ਸੱਦਣਾ ਸੋ ਕਿਉਂਕਿ ਅੱਜ ਸਵੇਰ ਦਾ ਹੀ ਜਿੰਨਿਆਂ ਨੇ ਵੀ ਗਾਇਆ ਸੂਫੀ ਗਾਇਆ ਸੋ ਮੈਂ ਵੀ ਹੁਣ ਅੱਗੇ ਇਜਾਜ਼ਤ ਲੈ ਲੈਂਦਾ ਸੀ ਪਰ ਮੇਰਾ ਵੀ ਦਿਲ ਨਹੀਂ ਕਰਦਾ ਹੁਣ ਅਸੀਂ ਸਿਰਫ ਰੀਤ ਹੀ ਪੈ ਗਈ ਹੈ ਅਤੇ ਫਿਰ ਸੂਫੀ ਹੈ ਅਤੇ ਸੂਫੀ ਅਤੇ ਹੁਣ ਸੂਫੀ ਗਾਵਾਂਗੇ ਜਿੰਨਾ ਕੁ ਵੀ ਹੈ ਕਿਉਂਕਿ ਹਰੇਕ ਦਰਬਾਰ ਦੀ ਆਪੋ ਆਪਣੀ ਰੀਤ ਹੈ ਹਰੇਕ ਦਰਬਾਰ ਦਾ ਆਪੋ ਆਪਣਾ ਢੰਗ ਹੈ ਆਪੋ ਆਪਣਾ ਸਤਿਕਾਰ ਹੈ ਆਪੋ ਆਪਣਾ ਵਿਚਾਰ ਹੈ ਆਪੋ ਆਪਣਾ ਖਿਆਲ ਹੈ ਸੋ ਦਰਬਾਰ ਦੀ ਪਰੰਪਰਾ ਨੂੰ ਤੋੜਨਾ ਨਹੀਂ ਚਾਹੀਦਾ ਜੋ ਪਰੰਪਰਾ ਦੇ ਵਿੱਚ ਲਿਖਿਆ ਗਿਆ ਉਹ ਪਰੰਪਰਾ ਨਿਭਾਉਣੀ ਚਾਹੀਦੀ ਹੈ ਸੋ ਮੈਂ ਇੱਕ ਵਾਰੀ ਫਿਰ ਸਾਈਂ ਸੰਦੀਪ ਜੀ ਨੂੰ ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਰਾਣਾ ਭਾਜੀ ਹੋਰਾਂ ਨੂੰ ਕਿਉਂਕਿ ਚਾਚਾ ਜੀ ਹੁਣੀ ਵੀ ਸਪੈਸ਼ਲ USA ਤੋਂ ਮੇਲਾ ਦੇਖਣ ਲਈ ਪੁੱਜੇ ਆ ਸੋ ਸਾਡਾ ਵੀਰ ਦੀਪਾ ਇੰਗਲੈਂਡ ਤੋਂ ਸਪੈਸ਼ਲ ਮੇਲਾ ਦੇਖਣ ਲਈ ਹੀ ਆਉਂਦਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਕੱਲੂ ਠੀਕ 3 ਵਜੇ ਸਾਈ ਜੀ ਬੇੜੇ ਦੀ ਰਸਮ ਹਾਂ ਕੱਲੂ 3 ਵਜੇ ਦੇ ਕਰੀਬ ਬੇੜੇ ਦੀ ਰਸਮ ਆ ਸੋ ਸਾਰਿਆਂ ਨੇ ਇੱਥੋਂ ਬੇੜੇ ਦੇ ਲਈ ਵੀ ਇਸੇ ਤਰ੍ਹਾਂ ਸੰਗਤ ਨੇ ਆਉਣਾ ਸੋ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਕੱਲੂ ਠੀਕ 3 ਵਜੇ ਬੇੜੇ ਦੀ ਰਸਮ ਹੈ ਸੋ ਬੇੜੇ ਦੀ ਰਸਮ ਵੀ ਇੱਥੋਂ ਹੀ ਹੋ ਕੇ ਕਿਉਂਕਿ ਬੇੜਾ
ਬੇੜੇ ਦੀ ਪਰੰਪਰਾ ਹੁੰਦੀ ਹੈ, ਬੇੜਾ ਨਗਰ ਦੀ ਸੁੱਖ ਸ਼ਾਂਤੀ ਲਈ ਹੁੰਦਾ, ਦਰਬਾਰ ਵੱਲੋਂ ਸਾਰੀਆਂ ਸੰਗਤਾਂ ਲਈ ਹੁੰਦਾ। ਸੋ ਸਾਰਿਆਂ ਨੂੰ ਬੇਨਤੀ ਹੈ ਸੋ ਵੱਧ ਚੜ੍ਹ ਕੇ ਸਾਰਿਆਂ ਨੇ ਉਸ ਬੇੜੇ ਦੀ ਰਸਮ ਦੇ ਵਿੱਚ ਵੀ ਹਿੱਸਾ ਲੈਣਾ। ਸੋ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਮਾਂ ਜਿਹਾ ਘਣਸ਼ਾਮਾ ਬੂਟਾ ਹੋ ਮੈਨੂੰ ਜੱਗ ਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਂ ਉਦਾਰੀ ਤੇ ਰੱਬ ਨੇ ਸਵਰਗ ਬਣਾਏ, ਹੋਰ ਕੁੱਲ ਦੁਨੀਆ ਦੇ ਜੜ ਸੁੱਕਿਆ ਸੁੱਕ ਜਾਵਣ ਐ ਪਰ ਇਹ ਬੂਟਾ ਫੁੱਲਾਂ ਦੇ ਘੁੰਮਣਾਇਆ ਸੁੱਕ ਜਾ। ਇੱਕ ਤਾੜੀ ਸਾਰੇ ਆਪੋ ਆਪਣੀ ਮਾਂ ਲਈ ਮਾਰ ਲਓ, ਮਾਂ ਬਾਪ ਲਈ ਮਾਰ ਲਓ, ਕਿਉਂਕਿ ਇਤਿਹਾਸ ਗਵਾਹ ਦੁਨੀਆਂ ਦੇ ਉੱਤੇ ਕੋਈ ਵੀ ਗੁਰੂ ਪੀਰ, ਕੋਈ ਵੀ ਫਕੀਰ, ਕੋਈ ਵੀ ਔਲੀਆ ਦੁਨੀਆਂ ਤੇ ਸਿੱਧਾ ਨਹੀਂ ਹੈ। ਹਰੇਕ ਪੀਰ ਫਕੀਰ ਨੇ ਇਸ ਫਾਨੀ ਸੰਸਾਰ ਤੇ ਆਉਣ ਲਈ ਮਾਂ ਦੀ ਕੁੱਖ ਦਾ ਸਹਾਰਾ ਲਿਆ, ਤਾਂ ਹੀ ਸੰਸਾਰ ਤੇ ਆਇਆ। ਇਸ ਲਈ ਮਾਂ ਤੋਂ ਵੱਡਾ ਕੋਈ ਰੱਬ ਨਹੀਂ ਹੈ। ਤਾੜੀ ਮਾਂ ਲਈ ਖੁੱਲ ਕੇ ਮਾਰ ਲਿਆ ਕਰੋ, ਬੜੀ ਮਿਹਰਬਾਨੀ ਹੈ। ਧੱਪਦਾ ਨੀ ਡਰ ਉਹ ਜਦੋਂ ਸ਼ਾਮਾਂ ਹੁੰਦੀਆਂ, ਧੱਪਦਾ ਨੀ ਡਰ ਉਹ ਜਦੋਂ ਸ਼ਾਮਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਧੱਪਦਾ ਨੀ ਡਰ ਜਦੋਂ ਸ਼ਾਮਾਂ ਹੁੰਦੀਆਂ, ਧੱਪਦਾ ਨੀ ਡਰ ਜਦੋਂ ਸ਼ਾਮਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਨੀ ਫਿਕਰ ਜਦੋਂ ਮਾਵਾਂ ਹੁੰਦੀਆਂ। ਉਹ ਕੰਬਦੇ ਹੱਥਾਂ ਨਾਲ ਹੱਥ ਅੱਫੜ ਲੈਂਦੀਆਂ, ਹੋਵੇ ਲੰਮੀ ਉਮਰ ਸਦਾ ਹੀ ਕਹਿੰਦੀਆਂ, ਹੋਵੇ ਲੰਮੀ ਉਮਰ ਸਦਾ ਹੀ ਕਹਿੰਦੀਆਂ, ਫਿਰ ਦੂਰ ਕੱਤੀਆਂ ਹਵਾਵਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨੀ ਫਿਕਰ ਜਦੋਂ ਮਾਵਾਂ। ਮਾਮਾ ਦਾ ਪਿਆਰ ਨਾਲੇ ਆ ਮਾਮਾ ਦੀਆਂ
ਝੜਕਾ ਹਰ ਵੇਲੇ ਪੁੱਤਾਂ ਦੀਆਂ ਲੈਂਦੀਆਂ ਨੇ ਪਿੜਕਾ ਮਾਮਾ ਦਾ ਪਿਆਰ ਨਾਲੇ ਆ ਮਾਮਾ ਦੀਆਂ ਝੜਕਾ ਹਰ ਵੇਲੇ ਪੁੱਤਾਂ ਦੀਆਂ ਲੈਂਦੀਆਂ ਨੇ ਪਿੜਕਾ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ ਹੁੰਦੀਆਂ ਰਾਜੂ ਦੱਦਾ ਹੂਰ ਸੁਣਨਾ ਹੋਦਾ ਆ ਜੂ ਜੱਗ ਜਦੋਂ ਠੰਡੀ ਸ਼ਾਂ ਨੂੰ ਹੱਥੀ ਲਾਉਣੀ ਪੈਂਦੀ ਆ ਰਾਜੂ ਦੱਦਾ ਹੂਰ ਸੁਣਨਾ ਆ ਹੋਦਾ ਆ ਜੂ ਜੱਗ ਜਦੋਂ ਠੰਡੀ ਸ਼ਾਂ ਨੂੰ ਹੱਥੀ ਲਾਉਣੀ ਪੈਂਦੀ ਆ ਸੁਣੀਆਂ ਨੇ ਫਿਰ ਸਭੇ ਥਾਵਾਂ ਹੁੰਦੀਆਂ ਹੁੰਦਾ ਨੀ ਫਿਕਰ ਜਦੋਂ ਮਾਵਾਂ 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 ਹੁੰਦਾ ਨਹੀਂ ਫਿਕਰ ਜਦੋਂ ਮਾਵਾਂ ਹੁੰਦੀਆਂ ਸੋ ਬਹੁਤ ਸਾਰਾ ਪਿਆਰ ਸਾਰਿਆਂ ਵੱਲੋਂ ਆਇਆ ਜੀ ਸੋ ਲਾਸਟ ਆ ਜੀ ਉਸ ਤੋਂ ਬਾਅਦ ਮੇਰੀ ਬੇਨਤੀ ਹੈ ਕਿ ਮਾਸ਼ਾ ਅਲੀ ਸਾਹਿਬ ਸਰ ਆ ਗਏ ਠੀਕ ਸੋ ਸਾਡਾ ਇਹ ਗੀਤ ਹਮੇਸ਼ਾ ਸੀ ਹਰੇਕ ਦਰਬਾਰ 'ਤੇ ਗਾਈਦਾ ਕਿ ਮਿੱਤਰਾ ਇਲਾਕਾ ਸ਼ੇਰਾਂ ਦਾ ਬਿਲਗਾ ਤਾਂ ਇਲਾਕਾ ਵੈਸੇ ਹੀ ਸ਼ੇਰਾਂ ਦਾ ਕਿਉਂਕਿ ਜੇ ਇੱਥੇ ਸ਼ੇਰ ਫਕੀਰ ਹੋਏ ਆ ਤਾਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗਦਰੀ ਬਾਬਿਆਂ ਦਾ ਪਿੰਡ ਮੈਂ ਕਰਦਾ ਹੁੰਦਾ ਸੋ ਇੱਕ ਵਾਰੀ ਤਾੜੀ ਫਿਰ ਬਲਗੇ ਲਈ ਮਾਰੋ ਬਲਗੇ ਦੀ ਗੱਲ ਹੈ ਪਿੱਛੇ ਜਿਹਾ ਇੱਕ ਸਾਡਾ 21 ਜੂਨ ਦਾ ਮੈਨੂੰ ਕਈਆਂ ਨੇ ਕਿਹਾ ਕਿ ਭਾਅ ਜੀ ਤੁਸੀਂ ਦੱਸਿਆ ਹੀ ਨਹੀਂ ਉਸ ਗੱਲ ਦੀ ਕਲੀਅਰੈਂਸ ਨਹੀਂ ਦਿੱਤੀ ਅੱਜ ਥੋੜ੍ਹੇ ਦਿਨ ਪਹਿਲਾਂ ਇੱਕ ਸਾਡਾ ਵੀਡੀਓ ਵਾਇਰਲ ਹੋ ਗਿਆ ਕਿਸੇ ਨੇ ਪਾ ਤਾ ਕਿ ਬਲਰਾਜ ਪੈਸੇ ਲੈ ਲਏ ਪਹੁੰਚਿਆ ਹੀ ਨਹੀਂ ਚਲੋ ਅੱਜ ਪਿੰਡ ਦੀ ਪਰਿਆ ਬੈਠੀ ਪਰ ਪਿੰਡ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ 'ਚ ਸੱਚਾਈ ਹੈ ਕਿ ਨਹੀਂ ਹੈ ਸਾਨੂੰ ਉਸ ਪ੍ਰੋਗਰਾਮ ਦਾ ਕੋਈ ਐਡਵਾਂਸ ਨਹੀਂ ਆਇਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਸਾਡਾ ਉੱਥੇ ਪ੍ਰੋਗਰਾਮ ਪਿੰਡ ਦੇ ਕਈ ਬੰਦਿਆਂ ਨੇ ਬਿਨਾਂ ਗੱਲ ਤੋਂ ਹੀ ਉਸ ਗੱਲ ਦੀ ਯਾਨੀ ਕਿ ਕਹਿੰਦੇ ਹੁੰਦੇ ਰਾਹੀ ਦਾ ਪਹਾੜ ਬਣਾ ਤਾ ਚਲੋ ਖੈਰ ਮਾਲਕ ਉਹਨਾਂ ਨੂੰ ਵੀ ਸਮੱਤ ਬਖਸ਼ੇ ਜੇਕਰ ਬਲਰਾਜ ਭਾਅ ਜੀ ਆਪਣੇ ਮੂੰਹੋਂ ਗੱਲ ਕਹਿੰਦੇ ਤਾਂ ਗੱਲ ਹੋਰ ਹੈ ਕਿਉਂਕਿ ਅਸੀਂ ਨਾਲ ਰਹਿੰਦੇ ਸਾਨੂੰ ਪਤਾ ਹੈ ਉਹ ਕਮੇਟੀ ਤੋਂ ਸਾਈ ਸ਼ੁਰੂ ਹੋਈ ਕਿਸੇ ਇੱਕ ਉਹਨਾਂ ਦੇ ਵਾਕਫ ਕੋਲ ਪਹੁੰਚੀ ਉਹਦਾ ਇੱਕ ਹੋਰ ਨੋਨ ਸੀ ਉਹਦੇ ਤੱਕ ਪਹੁੰਚੀ ਉਹਦਾ ਇੱਕ ਹੋਰ ਅੱਗੋਂ ਨੋਨ ਸੀਗਾ ਜਾਣ ਦਾ ਉਹਦੇ ਤੱਕ ਸਾਊਂਡ ਵਾਲੇ ਤੱਕ ਪਹੁੰਚੀ ਸਾਊਂਡ ਤੋਂ ਬਾਅਦ ਮੇਰੇ ਵਰਗਾ ਇੱਕ ਧੋਖੇਬਾਜ਼ ਸੈਕਟਰੀ ਸੀ ਨਾਂ ਨਹੀਂ ਲੈਣਾ ਕਿਉਂਕਿ ਸਾਡਾ ਆਪਣਾ ਹੀ ਚੀਜ਼ ਹੈ ਉਹਦੇ ਤੱਕ ਪਹੁੰਚੀ ਅਤੇ ਉਹ ਪਤੰਦਰ ਆਪਣੇ ਕੋਲ ਹੀ ਰੱਖ ਗਿਆ ਉਹਨੇ ਗੱਡੀ ਦੀ ਕਿਸ਼ਤ ਦੇਣੀ ਸੀ ਕਾਰ ਲਈ ਸੀ ਉਹਨੇ ਕਾਰ ਦੀ ਕਿਸ਼ਤ ਦੇਣੀ ਸੀ ਉਹਨੂੰ ਉੱਥੇ ਕਾਰ ਦੀ ਕਿਸ਼ਤ ਦੇ ਦਿੱਤੀ
ਸਾਈ ਇੱਥੇ ਤੱਕ ਨਹੀਂ ਪਹੁੰਚੀ, ਨਾ ਗੱਲ ਨਾ ਕੋਈ ਬਾਤ। ਅੱਗੋਂ ਰੋਹ ਪਾ ਕੇ ਉਹ ਕਹਿੰਦੇ ਅਸੀਂ ਸਾਈ ਦਿੱਤੀ ਸਾਡਾ ਪ੍ਰੋਗਰਾਮ ਕਿਉਂ ਨਹੀਂ ਲਾਇਆ। ਬਾਅਦ 'ਚ ਜਦੋਂ SSB ਦੇ ਪੇਸ਼ ਹੋਏ, ਭਾਅ ਜੀ ਨੇ ਇੱਕੋ ਗੱਲ ਕਹੀ ਵੀ ਇਹਨਾਂ ਨੂੰ ਇਹ ਪੁੱਛੋ ਕਮੇਟੀ ਵਾਲੇ ਲੈ ਆਓ ਵੀ ਮੇਰੇ ਕੋਲ ਕਿੱਦਣ ਆਏ ਸੀ। ਕੋਈ ਇੱਕ ਬੰਦਾ ਕਹਿ ਦੇ ਉੱਠ ਕੇ ਪਿੰਡ ਵਾਲਾ ਵੀ ਮੇਰੇ ਕੋਲ ਆਏ ਸੀ, ਕਿਹੜੀ ਡੇਟ ਕਿੱਥੇ ਲਿਖਾਈ, ਕੋਈ ਐਗਰੀਮੈਂਟ ਕੋਈ ਦੱਸੋ ਬਈ ਇਹ ਬਾਬਾ ਖੜਾ ਜਾਂ ਬਾਕੀ ਬੰਦੇ ਆ, ਕਿਹਨੂੰ ਤੁਸੀਂ ਪੈਸੇ ਦਿੱਤੇ। ਅਤੇ ਉਹ ਇਸ ਗੱਲ ਦੀ ਸਫਾਈ ਬਿਲਕੁਲ ਪੇਸ਼ ਨਹੀਂ ਕਰ ਸਕੇ। ਉਹ ਆਪਣੇ ਘਰਦਿਆਂ ਦੇ ਰਿਸ਼ਤੇਦਾਰਾਂ ਦੇ ਨਾਂ ਗਿਣੀ ਗਏ। ਮੈਂ ਆਪਣੇ ਮਾਸੀ ਦੇ ਮੁੰਡੇ ਨੂੰ ਦਿੱਤੇ ਸੀ, ਉਹ ਕਹਿੰਦਾ ਮੈਂ ਆਪਣੇ ਫੁੱਫੜ ਦੇ ਮੁੰਡੇ ਨੂੰ ਦਿੱਤੀ, ਉਹ ਕਹਿੰਦਾ ਮੈਂ ਤਾਏ ਦੇ ਮੁੰਡੇ ਨੂੰ, ਉਹ ਕਹਿੰਦੇ ਆਪਸ ਵਿੱਚ ਹੀ ਖਾ ਗਏ ਰਲ ਮਿਲ ਕੇ। ਅਤੇ ਪ੍ਰੋਗਰਾਮ ਭਾਲਦੇ ਸੀ ਉੱਥੇ ਬਲਰਾਜ ਗਾਵੇ, ਜਦ ਸੱਦਿਆ ਹੀ ਨਹੀਂ ਤਾਂ ਬਲਰਾਜ ਜਾਵੇ ਕਿਵੇਂ ਉੱਥੇ। ਜਦ ਤੁਸੀਂ ਅੱਜ ਇੱਥੇ ਸੁਰਿੰਦਰ ਸ਼ਿੰਦਾ ਸੱਦਿਆ ਹੀ ਨਹੀਂ, ਉਹ ਗਾਊਗਾ ਕਿਵੇਂ? ਨੋਟ ਕਰੋ, ਜਦ ਜਿਹਨੂੰ ਸੱਦੂਗੇ ਉਹੀ ਗਾਊਗਾ, ਇਸ ਕਰਕੇ ਉੱਥੇ ਨਹੀਂ ਗਏ। ਅਤੇ ਇਹਦੇ ਵਿੱਚ ਤੁਹਾਡੇ ਬਲਰਾਜ ਦਾ ਕੋਈ ਕਸੂਰ ਨਹੀਂ। ਬਾਅਦ ਦੇ ਵਿੱਚ ਉਹ ਅੱਜ ਮਾਫੀਆਂ ਮੰਗਦੇ ਆ, ਅਤੇ ਹੁਣ ਉੱਥੇ ਜ਼ਿੰਦਗੀ ਭਰ ਕਦੇ ਨਹੀਂ ਜਾਣਾ ਉਸ ਪਿੰਡ 'ਚ, ਕਿਉਂਕਿ ਜਿਹੜੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਸਾਈ ਦਿੱਤੀ ਕਿਹਨੂੰ, ਅਤੇ ਫਿਰ ਉਹ ਕਲਾਕਾਰ ਆਊਗਾ ਕਿਵੇਂ? ਤੋ ਅੱਗੋਂ ਤੋਂ ਜਿਹਨੇ ਬੁੱਕ ਕਰਨਾ, ਬਾਬਾ ਬੈਠਾ ਹੈ, ਬਲਰਾਜ ਹੈ, ਗਾਹੇ ਵਗਾਹੇ ਮੇਰੀ ਮਦਦ ਵੀ ਲੈ ਸਕਦੇ ਹੋ। ਜਿੰਨੇ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ, ਇਹਨਾਂ ਨੂੰ ਡਾਇਰੈਕਟ ਮਿਲੋ ਆ ਕੇ, ਹੋ ਹੀ ਨਹੀਂ ਸਕਦਾ। ਇਹਨਾਂ ਦੀ ਜਿਹੜੀ ਜ਼ੁਬਾਨ ਉਹ ਪੱਥਰ 'ਤੇ ਲਕੀਰ ਹੈ, ਜੋ ਬਲਰਾਜ ਕਹਿੰਦਾ ਉਹ ਕਰਕੇ ਵਿਖਾ ਦਿੰਦਾ। ਜ਼ੋਰਦਾਰ ਤਾੜੀਆਂ ਆਉਣੀਆਂ ਚਾਹੀਦੀਆਂ ਇਸ ਗੱਲ ਲਈ। ਤੋ ਇਸ ਕਰਕੇ ਵੀਰੋ, ਜੇ ਤੁਹਾਨੂੰ ਸਾਡੇ 'ਤੇ ਮਾਣ ਹੈ ਤਾਂ ਸਾਨੂੰ ਵੀ ਤੁਹਾਡੇ 'ਤੇ ਰੱਬ ਜਿਹੜਾ ਮਾਣ ਹੈ, ਇਨਸ਼ਾਅੱਲਾ ਇਸ ਮਾਣ ਦੀ ਇੱਜ਼ਤ ਕਰਿਓ, ਕਦਰ ਕਰਿਓ, ਅਤੇ ਦਿਲਾਂ ਨਾਲ ਦਿਲਾਂ ਦਾ ਪਿਆਰ ਕਾਇਮ ਰੱਖਿਓ। ਤੁਸੀਂ ਚੱਟਾਨ ਵਾਂਗੂ ਖੜ੍ਹਨਾ ਬਲਰਾਜ ਦੇ ਨਾਲ। ਕੱਲ੍ਹ ਨੂੰ 19-21 ਹੋ ਜਾਏ, ਬੰਦਾ ਬਾਹਰ ਜਾ ਕੇ ਵੱਡਾ ਨਹੀਂ ਹੁੰਦਾ, ਸਭ ਤੋਂ ਪਹਿਲਾਂ ਪਿੰਡ 'ਚ ਵੱਡਾ ਹੁੰਦਾ। ਸੋ ਤਾੜੀ ਮਾਰੋ ਪਿੰਡ ਵਾਲੇ ਜ਼ੋਰਦਾਰ। ਥੈਂਕ ਯੂ ਵੈਰੀ ਮੱਚ ਬਲਰਾਜ ਜੀ। ਅਗਲੇ ਗੀਤ ਪਿੰਡ ਵਾਲਿਆਂ ਨੇ ਤਾਂ ਸਾਡਾ ਮੇਰਾ ਜਿੰਨਾ ਮਾਣ ਕੀਤਾ ਮੈਂ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ। ਮੈਨੂੰ ਯਾਦ ਹੈ ਜਦੋਂ ਅਸੀਂ ਸ਼ੁਰੂਆਤ ਕੀਤੀ ਟਾਈਲਾਂ ਲਗਾਉਣ ਦੀ, ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਕਿ ਬੱਗੇ ਕੇ ਪਾਸਿਓਂ ਅਸੀਂ ਟਾਈਲਾਂ ਲਗਾਉਣੀਆਂ। ਜਦੋਂ ਅਸੀਂ ਕੈਨੇਡਾ ਦੇ ਵਿੱਚ ਸ਼ੁਰੂਆਤ ਕੀਤੀ ਤਾਂ ਉੱਥੋਂ ਸ਼ੁਰੂਆਤ ਹੋਈ 5-6 ਲੱਖ ਰੁਪਈਆ ਇਕੱਠਾ ਹੋ ਗਿਆ। ਜਦੋਂ ਤੱਕ ਮੈਂ ਬੈਲਗੇ ਪਹੁੰਚਿਆ ਤਾਂ ਉਹ 21-22 ਲੱਖ ਬਣ ਗਿਆ, 21-22 ਲੱਖ ਬਣ ਗਿਆ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਠੀਕ ਵੱਡੀ ਕਿਰਪਾ ਸੀ। ਉਹ ਟਾਈਲਾਂ ਸਾਡੇ ਪਾਸੇ ਨਹੀਂ, ਨੀਲੋਵਾਲ ਤੱਕ ਕੀ ਮਹਿਣੇ ਕੇ ਪਾਸੇ ਤੱਕ ਸਾਰੇ ਲੱਗ ਗਏ। ਸੋ ਬੈਲਗੇ ਵਾਲਿਆਂ ਨੇ ਬਹੁਤ ਮਾਣ ਕੀਤਾ। ਖੈਰ ਜਿਹੜੇ ਬੰਦੇ ਇੱਦਾਂ ਕਰਦੇ ਉਹਨਾਂ ਲਈ ਮੈਂ ਇੱਕੋ ਗੱਲ ਕਹਿੰਦਾ ਹੁੰਦਾ, ਸੁਣਨ ਵਾਲੀ ਗੱਲ ਜ਼ਰਾ ਤਵਜੋ ਦੇਣਾ। ਹੋ ਵੇਖ ਸਾਡੀਆਂ ਤਰੱਕੀਆਂ ਨੂੰ ਸੜਦੇ, ਹੋ ਕਿੱਦਾਂ ਪੁੱਟਣਾ ਸਕੀਮਾਂ ਰਹਿੰਦੇ ਘੜਦੇ, ਓ ਚਿੱਟੀ ਚਮੜੀ ਦਿਲਾਂ ਦੇ ਵਿੱਚੋਂ ਕਾਲੇ, ਤੂੰ ਹੱਥ ਦੇ ਕੇ ਰੱਖੀ ਮਾਲਕਾ, ਓ ਥੋੜੇ ਸੱਜਣ ਤਾਂ ਵੈਰੀ ਹੁਣ ਵਾਲੇ, ਤੂੰ ਹੱਥ ਦੇ ਕੇ ਰੱਖੀ ਮਾਲਕਾ। ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ, ਖੜ ਕੇ ਗੱਭਰੂ ਇੱਕ ਦੂਜੇ ਤੋਂ ਹੋ ਕਰਨ ਫੈਸਲਾ, ਹੋ ਇੱਕ ਦੂਜੇ ਤੋਂ ਹੋ ਕਰਨ ਫੈਸਲਾ, ਖੜ ਕੇ ਗੱਭਰੂ। ਹੱਥ ਸਿਰ ਤੇ ਬਾਬੇ ਦੀਆਂ ਮਿਹਰਾਂ ਦਾ ਰਹੀਆ
ਜੰਗਲ ਵਰਗੀ ਦੁਨੀਆ ਦੇ ਵਿੱਚ ਸ਼ੇਰਾਂ ਵਾਂਗ ਰਹਿਣਾ ਪੈਂਦਾ, ਹੱਥ ਜੋੜਿਆ ਕੋਈ ਨੀ ਦਿੰਦਾ ਧੱਕੇ ਨਾਲ ਹੱਕ ਲੈਣਾ ਪੈਂਦਾ। ਜੰਗਲ ਵਰਗੀ ਦੁਨੀਆ ਦੇ ਵਿੱਚ ਸ਼ੇਰਾਂ ਵਾਂਗ ਰਹਿਣਾ ਪੈਂਦਾ, ਹੱਥ ਜੋੜਿਆ ਕੋਈ ਨੀ ਦਿੰਦਾ ਹੱਕ ਲੈਣਾ ਪੈਂਦਾ। ਆਖੀ ਜੀਣਾ ਭੇਡਾਂ ਦੀਆਂ ਹੇੜਾਂ ਦਾ ਦੀ ਸਰਦਾਰੀ ਸਾਂਭ ਕੇ ਰੱਖਦਾ ਹੋਏ ਕੋਈ, ਬਚਪਨ ਵਾਲੇ ਯਾਰਾਂ ਦੀ ਯਾਰੀ ਸਾਂਭ ਕੇ ਰੱਖਦਾ ਹੋਏ ਕੋਈ, ਦਾਦੇ ਪੜਦਾਦਿਆਂ ਦੀ ਸਰਦਾਰੀ ਸਾਂਭ ਕੇ ਰੱਖਦਾ ਹੋਏ ਕੋਈ, ਬਚਪਨ ਵਾਲੇ ਯਾਰਾਂ ਦੀ ਯਾਰੀ ਸਾਂਭ ਕੇ ਰੱਖਦਾ ਕੋਈ ਕੋਈ, ਆਖੀ ਫਾਇਦਾ ਨੋਟਾਂ ਦੀਆਂ ਢੇਰਾਂ ਦਾ ਸਦਾ ਕਮਾਦੀ ਹਵਾ ਬਾਜਾਂ ਨੂੰ ਸਦਾ ਟਿਕਾਣੇ ਲਾ ਕੇ ਰੱਖਿਆ ਹਾ ਸ਼ਿਕਾਰੀਆਂ ਕੋਲ ਖੰਭ ਤੜਵਾਏ ਸਦਾ ਕਮਾਦੀ ਸ਼ਿਕਾਰੀਆਂ ਕੋਲ ਖੰਭ
ਤੜਵਾਏ ਸਦਾ ਕਮਾਦੀ ਹਵਾ ਬਾਜਾਂ ਨੂੰ ਸਦਾ ਟਿਕਾਣੇ ਲਾ ਕੇ ਰੱਖਿਆ ਸ਼ਿਕਾਰੀਆਂ ਕੋਲ ਖੰਭ ਤੜਵਾਏ ਸਦਾ ਕਮਾਦੀ ਹਵਾ ਬਾਜਾਂ ਨੂੰ ਸਦਾ ਟਿਕਾਣੇ ਲਾ ਕੇ ਰੱਖਿਆ ਡਰੇ ਰੱਬ ਤੋਂ ਮੈਨੂੰ ਹੈਰਾਨ ਇੰਨੀ ਖਾਦਰੀ ਸਾਹਿਬ ਜੀ ਪ੍ਰਵਾਨ ਕਰਿਓ ਕੁਝ ਵੱਧ ਘੱਟ ਬੋਲਿਆ ਬਿਨ ਜਾਣ ਸੋ ਅਗਲੀ ਹਾਜ਼ਰੀ ਪੰਜਾਬੀ ਦੀ ਉਹ ਸਰਮੌਰ ਆਵਾਜ਼ ਮਾਸ਼ਾ ਅਲੀ ਸਾਹਿਬ ਉਹਨਾਂ ਨੇ ਲਾਉਣੀ ਹੈ ਸੋ ਮੱਖਣ ਜੀ ਉਹਨਾਂ ਨੂੰ ਪੇਸ਼ ਕਰਨਗੇ ਮੱਖਣ ਤੋਂ ਇਲਾਵਾ ਜਿੰਨੇ ਵੀ ਇੱਥੇ ਸ਼ੇਰ ਆਏ ਜਰਾ ਤਾੜੀਆਂ ਮਾਰ ਕੇ ਦੱਸੋ ਤਾੜੀਆਂ ਮਾਰ ਦਿਓ ਵਿਆਹ ਤੋਂ ਪਹਿਲਾਂ ਮੈਂ ਵੀ ਸ਼ੇਰ ਸੀ ਹੁਣ ਥੋੜ੍ਹਾ ਫਰਕ ਪੈ ਗਿਆ ਅੱਜ ਕੱਲ੍ਹ ਜਿਹੜਾ ਸ਼ੇਰ ਹੈ ਇਹ ਸ਼ੇਵ ਕਰਾ ਕੇ ਰੱਖਦਾ ਅਤੇ ਸ਼ੇਰਨੀ ਵੀ ਤਾੜੀ ਮਾਰੋ ਜਰਾ ਬੱਬਰ ਸ਼ੇਰਨੀ ਹੈ ਪੰਜਾਬ ਦੀਆਂ ਜਿਹੜੀਆਂ ਰੋਜ਼ ਹੀ ਸੁੱਖਣਾ ਸੁੱਖਦੀਆਂ ਸੱਸ ਤਾਂ ਬਹੁਤ ਚੰਗੀ ਹੈ ਅਤੇ ਪਰ ਜੇ ਇੱਦਾਂ ਨਾ ਹੋਵੇ ਕਿਸੇ ਹੋਰ ਢੰਗ ਨਾ ਹੋਵੇ ਤਾਂ ਫਿਰ ਬਹੁਤ ਵਧੀਆ ਇੱਥੇ ਚੰਗੀਆਂ ਸੁੱਖਾਂ ਸੁੱਕਣ ਵਾਲੇ ਤਾਂ ਥੋੜ੍ਹੇ ਹੀ ਆਉਂਦੇ ਆ ਦਰਬਾਰਾਂ 'ਤੇ ਨੋਟ ਕਰਿਓ ਸਾਈਂ ਜੀ ਮੇਰੇ ਖਿਆਲ ਆਪਣਾ ਭਲਾ ਮੰਗਣ ਵਾਲਾ ਤਾਂ ਕੋਈ ਟਾਵਾਂ ਟਾਵਾਂ ਹੀ ਹੁੰਦਾ ਲੋਕ ਮੇਰੇ ਕਹਿੰਦੇ ਆ ਕਿ ਮੈਨੂੰ ਗੱਡੀ ਦੇ ਮੋਟਰ ਦੇ ਕਾਰ ਦੇ ਮੁੰਡਾ ਸਾਡਾ ਕੈਨੇਡਾ ਚੱਲ ਪਏ ਅਤੇ ਨਾਲ ਇਹ ਵੀ ਕਹਿੰਦੇ ਆ ਕਿ ਜਿਨ੍ਹਾਂ ਦਾ ਪਹਿਲਾਂ ਕੈਨੇਡਾ ਗਿਆ ਉਹ ਵਾਪਸ ਆ ਜਾਵੇ ਫਿਰ ਬਹੁਤ ਮੌਜ ਲੱਗੂ ਫਿਰ ਬਹੁਤ ਨਜ਼ਾਰਾ ਆਊ ਅਤੇ ਜੇ ਸਾਡੀ ਕੋਠੀ ਬਣੇ 2-3 ਮੰਜ਼ਲੀ ਪਰ ਗੁਆਂਢੀਆਂ ਦੀ ਆਪੇ ਹੀ ਢਹਿ ਜਾਵੇ ਬਿਨਾਂ ਭਚਾਲ ਆਏ ਤੋਂ ਇੱਦਾਂ ਵੀ ਨਾਲ ਚਾਹੁੰਦੇ ਆ ਇਹ ਨਹੀਂ ਵੀ ਚਲੋ ਉਹਨਾਂ ਨੂੰ 2 ਦੇ ਦਿਓ ਸਾਨੂੰ 1 ਹੀ ਦੇ ਦਿਓ ਗੱਲ ਬਣ ਜੂ ਨਹੀਂ ਪਰ ਪਹਿਲਾਂ ਉਹ ਢਾ ਰੱਬ ਜੀ ਪਹਿਲਾਂ ਉਹ ਢਾ ਫਿਰ ਸਾਡੀ ਬਣਾ ਇਹ ਸਾਡੀ ਜਿਹੜੀ ਸੋਚ ਸਮਝ ਇੱਥੋਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਮਾਸ਼ਾ ਅਲੀ ਜੀ ਉਹਨਾਂ ਦੇ